ਅੱਜ ਕੱਲ ਰੋਜ਼ਾਨਾ ਹੀ ਅਖਬਾਰ ਦੀਆਂ ਸੁਰਖੀਆਂ ਵਿੱਚ ਨਾਜਾਇਜ਼ ਸਬੰਧਾਂ ਬਾਰੇ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਘਰ-ਘਰ ਮਾਰਕੁੱਟ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ਵਿਖੇ ਵੀ ਇੱਕ ਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਰੇਲਵੇ ਵਿਭਾਗ ਦੀ ਰਿਟਾਇਰ ਔਰਤ ਨਾਲ ਪਤੀ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਕਾਰਨ ਪਤੀ ਵੱਲੋਂ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆ ਜਗੀਰਕਾਰ ਪਤਨੀ ਮਨਜੀਤ ਸਿੰਘ ਵਾਸੀ ਨਿਊ ਡਿਫੈਂਸ ਕਲੋਨੀ ਫਿਊਜ਼ ਪਰ ਸ਼ਹਿਰ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿੱਚੋਂ ਰਿਟਾਇਰਡ ਹਨ ਉਹਨਾਂ ਨੇ ਕਿਹਾ ਕਿ ਉਸਦੇ ਪਤੀ ਦੇ ਗੈਰ ਔਰਤਾਂ ਨਾਲ ਨਜਾਇਜ਼ ਸੰਬੰਧ ਹੋਣ ਕਾਰਨ ਮੇਰੇ ਨਾਲ ਕੁੱਟਮਾਰ ਕਰਦਾ ਰਹਿੰਦਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ ਉਸਨੇ ਕਈ ਵਾਰ ਉਸ ਨੂੰ ਕੈਮੀਕਲ ਪਦਾਰਥ ਦੇ ਕੇ ਹਾਲਤ ਬਹੁਤ ਖਰਾਬ ਕਰ ਦਿੱਤੀ ਉਹਨਾਂ ਕਹਿੰਦੇ ਉਸ ਦਾ ਬੁਢਾਪਾ ਰੁੱਲਣ ਦੀ ਕਗਾਰ ਤੇ ਖੜਾ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਕਈ ਵਾਰੋ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਦਰਖਾਸਤਾਂ ਵੀ ਦੇ ਚੁੱਕੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੀਆਂ ਕਿਹਾ ਕਿ ਉਸ ਦੇ ਪਤੀ ਅਤੇ ਗੈਰ ਔਰਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਜਗੀਰ ਕੌਰ ਹੈ ਮੈਂ ਡੀਆਰਮ ਆਫਿਸ ਫਿਰੋਜ਼ਪੁਰ ਵਿੱਚ ਸੀਓਐਸ 315 2018 ਨੂੰ ਰਿਟਾਇਰ ਹੋਈ ਹਾਂ 13 12 1987 ਨੂੰ ਮੇਰੀ ਮੈਰਿਜ ਹੋਈ ਆ ਉਸ ਤੋਂ ਬਾਅਦ 5 ਸਾਲ ਮੇਰੇ ਪਤੀ ਜੀ ਮੇਰੇ ਨਾਲ ਠੀਕ ਰਹੇ ਨੇ ਉਸ ਤੋਂ ਬਾਅਦ ਮੇਰੇ ਹੈਂਡਿਕੈਪ ਹੋਣ ਦੇ ਨਾਤੇ ਨਜ਼ਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਔਰਤਾਂ ਨਾਲ ਗੈਰ ਔਰਤਾਂ ਨਾਲ ਸਬੰਧ ਸ਼ੁਰੂ ਕਰ ਲਏ ਜਦਕਿ ਮੈਨੂੰ ਇੰਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀਗਾ ਬਾਅਦ ਵਿੱਚ ਮੇਰਾ ਪਤਰ ਲੁਗਰਨ ਦੇ ਬਾਵਜੂਦ ਇਹਨਾਂ ਨੇ ਮੈਨੂੰ ਕੈਮੀਕਲ ਮਰਵਾਣ ਦੀਆਂ ਕੋਸ਼ਿਸ਼ਾਂ ਬਹੁਤ ਜ਼ਿਆਦੀਆਂ ਕੀਤੀਆਂ ਤੇ ਉਹ ਮੈਂ ਸਾਰੇ ਪਾਸੇ ਗੁਹਾਰ ਲਾ ਲਈ ਐ ਮੇਰੀ ਕੋਈ ਸੁਣਾਈ ਨਹੀਂ ਐ ਉਹ ਦੋ ਔਰਤਾਂ ਨੇ ਸਾਡਾ ਸਾਰਾ ਘਰ ਇੱਕ ਮਕਾਨ ਮੇਰਾ ਸ਼ਾਂਤੀ ਨਗਰ ਸੀ ਉਹ ਵੀ ਖਾ ਗਈਆਂ ਇਹਨਾਂ ਮੇਰੇ ਹਸਬੰਦ ਦੀ ਪੂਰੀ ਤਨਖਾਹ ਲੈਂਦੀਆਂ ਸੀਗੀਆਂ ਸਾਰਾ ਕੁਝ ਇਵਨ ਕਿ ਮੇਰੀ ਕੁੜੀ ਵੀ ਜਿਹੜੀ ਐ ਉਹ ਵੀ ਇਹਨਾਂ ਨੇ ਬਲੈਕਮੇਲ ਕਰ ਲਈ ਐ ਜੁਆਈ ਨੂੰ ਵੀ ਆਪਣੇ ਵੱਲ ਕਰ ਲਿਆ ਮੇਰੀ ਕੋਈ ਸੁਣਾਈ ਨਹੀਂ ਉਹਨਾਂ ਦੇ ਨਾਲ ਰਲ ਕੇ ਉਹ ਵੀ ਹੀ ਉਹਨਾਂ ਦਾ ਮਰਵਾਣ ਵਿੱਚ ਸਾਥ ਦਿੰਦੇ ਨੇ ਮੈਂ ਸੀਬੀਆਈ ਰਾਈਟਰਸ ਹੋਮਸ ਰਾਈਟਰਸ ਆ ਡੀਜੀਪੀ ਸਾਰੇ ਪਾਸੇ ਗੋਹਰ ਲਈ ਮੇਰੀ ਕੋਈ ਸੁਣਾਈ ਨਹੀਂ ਹੋਣ ਦਿੰਦਾ ਇੱਕ ਉਥੇ ਸਤਿੰਦਰ ਸਿੰਘ ਜਲੰਧਰ ਹੌਲਦਾਰ ਹੈ ਜੋ ਕੀ ਮੇਰੇ ਤੋਂ ਪੈਸੇ ਮੰਗਦਾ ਸੀ ਉਹਦੀ ਇਨਕੁਆਰੀ ਲਾਈ ਗਈ ਸੀ ਮੈਨੂੰ ਮੇਰੀ ਇਨਕੁਆਰੀ ਵਾਸਤੇ ਮੇਰੇ ਤੋਂ ਪੈਸੇ ਮੰਗਦਾ ਸੀ ਮੈਂ ਪੈਸੇ ਨਹੀਂ ਦੇ ਸਕਦੀ ਸੀ ਨਾ ਮੈਂ ਰਿਸ਼ਪਤ ਲਈ ਜਾਂ ਨਾ ਮੈਂ ਦੇ ਸਕਦੀ ਆ ਮੈਂ ਉਹਨੂੰ ਕਿਹਾ ਮੈਂ ਨਹੀਂ ਰਿਸ਼ਪਤ ਦੇ ਸਕਦੀ ਤੇ ਉਸਨੇ ਉਸ ਮੇਰੇ ਘਰ ਵਾਲਿਆਂ ਨੂੰ ਉਹਨੂੰ ਪੈਸਾ ਦੇਣਾ ਕਰਤਾ ਮੇਰੇ ਘਰ ਵਾਲਿਆਂ ਨੇ ਇਹੀ ਹੁਣ ਲਾਸਟ ਚ ਇਹ ਕਿਹਾ ਵੀ ਇਹਨੂੰ ਮਰਵਾ ਦੇਣ ਦੇ ਚਾਰ ਮਰਲੇ ਜਿਹੜੇ ਮਕਾਨ ਦੇ ਨਾਂ ਨੇ ਉਹ ਮੈਂ ਵੇਚ ਕੇ ਤੁਹਾਨੂੰ ਦੇ ਦਾਂਗਾ ਤੇ ਇਸ ਕਰਕੇ ਉਸ ਤਿੰਦਰ ਸਿੰਘ ਉਹ ਹੋਰ ਪੁਲਿਸ ਦੇ ਸਬੰਧ ਦੇ ਨਾਲ ਉਹ ਮੇਰੀ ਕਿਸੇ ਗੁਹਾਰ ਨਹੀਂ ਚੱਲਣ ਦਿੰਦਾ ਲਾਸਟ ਚ ਮੈਂ ਮੋਦੀ ਜੀ ਨੂੰ ਈਮੇਲ ਕੀਤੀ ਮੋਦੀ ਜੀ ਇਹਨੇ ਮੈਨੂੰ ਬੜੀ ਸੁਣਾਈ ਕੀਤੀ ਧੰਨਵਾਦ ਮੋਦੀ ਜੀ ਦਾ ਉਹਨਾਂ ਨੇ ਇਨਕੁਆਰੀ ਮੇਰੀ ਸੀਆਈਡੀ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਪਾ ਦਿੱਤੀ 11 7 2022 ਨੂੰ ਪਾਈ ਸੀਗੀ ਜੋ ਕਿ ਅੱਜ ਤੱਕ ਵੀ ਇਨਕੁਆਰੀ ਉਹ ਮੇਰੀ ਸਤਵਿੰਦਰ ਸਿੰਘ ਜਿਹੜਾ ਉਹ ਹੋਰ ਨਹੀਂ ਦੇ ਰਿਹਾ ਪੁਲਸ ਦੇ ਰਾਈ ਉਹ ਰੁਕਵਾਈ ਹੋਈ ਹੈ ਤੋ ਮੈਨੂੰ ਇੱਕ ਮੇਰਾ ਭਰਾ ਜਸਵੰਤ ਸਿੰਘ ਆ ਜੋ ਕਿ ਫਿਰੋਜ਼ਪੁਰ ਡੀਆਰਐਮ ਆਫਿਸ ਸਿਨੀਅਰ ਡੀ ਦਾ ਡਰਾਈਵਰ ਆ ਉਹ ਵੀ ਨਾਲ ਇਹਨਾਂ ਦੇ ਮਿਲਿਆ ਹੋਇਆ ਪੈਸੇ ਦੀ ਖਾਤਰ ਮੇਰੀ ਪ੍ਰਾਪਰਟੀ ਰੱਪਣ ਵਾਸਤੇ ਇਹਨਾਂ ਨੇ ਮੇਰਾ ਜੀਨਾ ਆਰਾਮ ਕੀਤਾ ਹੋਇਆ ਹੈ ਮੇਰੀ ਪੈਨਸ਼ਨ ਮੇਰੇ ਘਰ ਵਾਲੇ ਨੇ ਪਹਿਲਾਂ ਹੀ ਕਾਗਜ਼ਾਂ 'ਚ ਲਵਾ ਲਈ ਜੋ ਕਿ 40000 ਪੈਨਸ਼ਨ ਆ ਤੇ ਉਹ ਉਹ ਮੇਰੇ ਮਰਨ ਤੋਂ ਬਾਅਦ ਉਹ ਹੱਕਦਾਰ ਹੈਗਾ ਤੋ ਉਹ ਇਸ ਪੈਨਸ਼ਨ ਦੇ ਕਰਕੇ ਹੀ ਮੈਨੂੰ ਮਰਵਾਣ ਦਾ ਤੇ ਮੇਰੀ ਪ੍ਰਾਪਰਟੀ ਲੁੱਟਣ ਦਾ ਹਕਿਤਾ ਜਾਂ ਮੈਂ ਜਿੱਥੇ ਵੀ ਜਾਂਦੀ ਆ ਫਿਰੋਜਪੁਰ ਮੇਰਾ ਭਰਾ ਮੇਰੇ ਮਗਰ ਐਕਸੀਡੈਂਟ ਕਰਵਾਉਂਦਾ ਹੈ ਮੇਰੇ ਮਗਰ ਬੰਦੇ ਭੇਜ ਦਿੰਦਾ ਮਰਵਾਣ ਵਾਸਤੇ ਮੈਨੂੰ ਮੇਰੇ ਸਤਿਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਮੈਨੂੰ ਹਰ ਥਾਂ ਤੇ ਵਿਚਾਰੇ ਨੇ ਅੱਜ ਮੇਰਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਮੇਰੀ ਕੋਈ ਸੁਣਾਨੀ ਮੈਂ ਇੱਕ ਹੈਂਡੀਕੈਪ ਲੇਡੀ ਆ ਜੋ ਕਿ ਮੈਂ ਚੱਲਣ ਫਿਰਨ ਤੋਂ ਬਹੁਤ ਪ੍ਰੋਬਲਮ ਹੈ ਮੇਰੇ ਕੁਲੇ ਵੀ ਬਦਲੇ ਹੋਏ ਨੇ ਮੈਂ ਬਹੁਤ ਦੁਖੀ ਆ ਮੇਰੀ ਕਿਸੇ ਪਾਸੇ ਸੁਣਾਈ ਆਂਡ ਗਵਾਂਡ ਵੀ ਉਹਨਾਂ ਨੇ ਮੈਨੂੰ ਕਿਸੇ ਰਿਸ਼ਤੇਦਾਰਾਂ ਦਾ ਮੇਰਾ ਕੰਟੈਕਟ ਨਹੀਂ ਰਹਿਣ ਦਿੰਦੇ ਤਾਂ ਕਿ ਜਾਂਦੀ ਕੋਈ ਹੈਲਪ ਨਾ ਕਰੇ ਤੇ ਇਸ ਕਰਕੇ ਮੈਂ ਸਾਰੇ ਪਾਸੇ ਲਾ ਲਿਆ ਮੇਰੇ ਹਸਬੰਦ ਕਿਸੇ ਪਾਸੇ ਵੀ ਨਹੀਂ ਮੇਰੀ ਚੱਲਣ ਦਿੰਦੇ ਸਰਕਾਰੀ ਦਰਬਾਰੇ ਤੁਹਾਡੀ ਕੋਈ ਗੱਲ ਬਾਤ ਸੁਣੀ ਕੀ ਕਿਸੇ ਸਰਕਾਰੀ ਦਰਬਾਰੇ ਮੇਰੀ ਕੋਈ ਗੱਲ ਨਹੀਂ ਸੁਣੀ ਜਾਂਦੀ ਜਿੱਥੇ ਵੀ ਮੈਂ ਜਾਂਦੀ ਆ ਉੱਥੇ ਹੀ ਮੈਨੂੰ ਮੇਰੀ ਕੋਈ ਗੱਲ ਨਹੀਂ ਸੁਣੀ ਜਾਂਦੀ ਮੈਂ ਹਾਰ ਕੇ ਹੁਣ ਮੈਂ ਬੈਠ ਗਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਨਹੀਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੋਈ ਨਹੀਂ ਕੀਤੀ ਗਈ ਕਿੰਨੀਆਂ ਕੋ ਤੁਸੀਂ ਕੰਪਲੀਟਾਂ ਦੇ ਕੇ ਆ ਚੁੱਕੇ ਮੈਂ ਕਟੋਗੜ 7-8 ਕੰਪਲੀਟਾਂ ਦੇ ਚੁੱਕੀ ਹੋਈਆਂ ਕਿੰਨਾ ਅਗਸਤੜ ਅਧਿਕਾਰੀਆਂ ਨੇ ਦਿੱਤੇ ਮੈਂ ਸੀਬੀਆਈ ਤੱਕ ਵੀ ਰਜਿਸਟਰੀ ਕਰਵਾਈ ਮੈਂ ਉੱਥੇ ਆਪ ਵੀ ਗਈ ਕੋਈ ਮੇਰੀ ਸੁਣਾਈ ਨਹੀਂ ਹੋਈ ਕੋਈ ਲੋਕਲ ਅਧਿਕਾਰੀਆਂ ਨੂੰ ਮਿਲੇ ਹਾਂਜੀ ਪਹਿਲਾਂ ਸ਼ੁਰੂ-ਸ਼ੁਰੂ ਚ ਐਸਐਸਪੀ ਨੂੰ ਇੱਥੋਂ ਦੇ ਮਿਲੀ ਸੀਗੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਸੀ ਪਰ ਉੱਥੇ ਹੀ ਮੇਰੇ ਘਰ ਵਾਲੇ ਨੇ ਮਿਲ ਮਲਾ ਕੇ ਜ਼ਬਰਦਸਤੀ ਮੇਰੇ ਨਾਲ ਰਾਜੀਨਾਮਾ ਕਰਵਾ ਲਿਆ ਹੁਣ ਵੀ ਮੈਂ ਜਿਹੜੀ ਐ ਇੱਥੇ ਐਸਐਸਪੀ ਨੂੰ ਈਮੇਲ ਕੀਤੀ ਹੈ ਰਜਿਸਟਰੀ ਪਾਈ ਹੈ ਮੇਰੀ ਕੋਈ ਸੁਣਾਈ ਨਹੀਂ ਹੈ ਘਰ ਵਾਲੇ ਦਾ ਨਾਮ ਮੇਰਾ ਮਨਜੀਤ ਸਿੰਘ ਆ ਜੋ ਕਿ ਲੋਕੋ ਆ ਰੋਜਪੁਰ ਵਿੱਚ ਫਿਟਲ ਦਾ ਕੰਮ ਕਰਦੇ ਸੀਗੇ ਹੋਰ ਕਿੱਥੇ ਰਹਿ ਰਹੇ ਹੋ ਹੁਣ ਐਸ ਵਾਲੇ ਉਹ ਮੈਨੂੰ ਬਹੁਤ ਬੁਰੀ ਤਰ੍ਹਾਂ ਕੈਮੀਕਲ ਦੇ ਕੇ ਉਹ ਜਲੰਧਰ ਚਲੇ ਗਏ ਨੇ ਬੇਟੀ ਕੋਲ ਚਲੇ ਗਏ ਨੇ ਉਹ ਤੁਹਾਡੀ ਬੇਟੀ ਵੀ ਨਹੀਂ ਸਾਥ ਦੇਦੀ ਬੇਟੀ ਵੀ ਮੇਰੀ ਸਾਥ ਨਹੀਂ ਦਿੰਦੀ ਉਹਨਾਂ ਨੂੰ ਔਰਤਾਂ ਨੇ ਕਬਜ਼ੇ ਵਿੱਚ ਲਿਆ ਹੋਇਆ ਜਵਾਈ ਨੂੰ ਵੀ ਲਿਆ ਹੋਇਆ ਹਾਂਜੀ ਨਜਾਇਜ਼ ਸੰਬੰਧ ਹੈ ਜੀ ਬੇਟੀ ਮੇਰੀ ਬੜੀ ਭੋਲੀ ਪਾਲੀ ਸੀ ਉਹਨੂੰ ਵੀ ਉਹਨਾਂ ਨੇ ਕੀਤਾ ਇਹਨਾਂ ਦੇ ਨਜਾਇਜ਼ ਸੰਬੰਧ ਹੋਣ ਕਰਕੇ ਤਦ ਵੀ ਸਰਕਾਰਾਂ ਆਈਆਂ ਕੀ ਅਪੀਲ ਕਰਨਾ ਚਾਹੋਗੇ ਤੁਹਾਨੂੰ ਇਨਸਾਫ ਮਿਲੇ ਮੈਂ ਨਵੀਂ ਸਰਕਾਰ ਮੁੱਖ ਮੰਤਰੀ ਜੀ ਕੋਲੇ ਗਈ ਸੀ ਹਾਂ ਭਗਵਾਨਤਮਾਨ ਜੀ ਕੋਲੇ ਗਈ ਸੀਗੀ ਉਹਨਾਂ ਦੇ ਉਹਨਾਂ ਨੇ ਪਹਿਲਾਂ ਹੀ ਮੇਰੇ ਐਲ ਕੇ ਲొਕੇਸ਼ਨ ਲਾਈ ਹੋਈ ਸੀਗੀ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਜੋ ਨਰਿੰਦਰ ਸਿੰਘ ਫੌਜੀ ਮੁੱਖ ਮੰਤਰੀ ਦੇ ਪੀ ਨੇ ਉਹਨਾਂ ਨੇ ਮੇਰੀ ਨਾ ਕਾਗਜ਼ ਰੱਖੇ ਮੈਨੂੰ ਕਹਿੰਦੇ ਤੁਸੀਂ ਬਿਰਧ ਆਸ਼ਰਮ ਚਲੇ ਜਾਓ ਮੈਂ ਕਿਹਾ ਬਿਰਧ ਆਸ਼ਰਮ ਮੈਂ ਨਹੀਂ ਜਾਣਾ ਮੇਰੇ ਤਿੰਨ ਮਕਾਨ ਸੀ ਜਿੰਨਾਂ ਵਿੱਚੋਂ ਅੱਜ ਮੈਨੂੰ ਇੱਕ ਵਿੱਚ ਵੀ ਨਹੀਂ ਰਹਿਣ ਦਿੱਤਾ ਜਾਂਦਾ ਪੈਨਸ਼ਨ ਬਿਲਕੁਲ ਨਹੀਂ ਦਿੱਤੀ ਜਾ ਰਹੀ ਸਰਕਾਰ ਵੱਲੋਂ ਸਰਕਾਰ ਵੱਲੋਂ ਮੈਨੂੰ 15000 ਪੈਨਸ਼ਨ ਮਿਲਦੀ ਆ 7 ਲੱਖ ਮੈਂ ਲੋਨ ਇਹਨਾਂ ਨੂੰ ਘਰ ਦੇ ਨੂੰ ਲੈ ਕੇ ਦਿੱਤਾ ਸੀਗਾ 25000 ਮੇਰੀ ਕਟੋਤੀ ਹੈ ਉਹਦੇ ਵਿੱਚ ਹੀ ਤੁਹਾਡੇ ਜਿਹੜੀ ਇਹ ਸਿਸਟਮ ਸਾਰਾ ਵਿਗੜ ਗਿਆ ਠੀਕ ਆ ਹਾਂਜੀ ਉਹਦੇ ਵਿੱਚ ਹੀ ਔਰ ਕੀ ਮੰਗਤ ਹੈ ਹੁਣ ਮੇਰੀ ਮੰਗ ਇਹ ਹੈ ਵੀ ਮੇਰੇ ਘਰ ਵਾਲੇ ਨੂੰ ਉਸ ਔਰਤਾਂ ਦੇ ਕੋਲੋਂ छुड़ाਇਆ ਜਾਵੇ ਨਾਲੇ ਉਸ ਔਰਤਾਂ ਦੀ ਜਦੋਂ ਪਹਿਲਾਂ ਮੇਰੇ ਪਹਿਲੀ ਵੀ ਅਪੀਲ ਕੀਤੀ ਸੀ ਮੈਂ ਕਮਿਸ਼ਨਰ ਨੂੰ ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਸੀਐਸਟਾ ਫੜ ਕੇ ਦਿਓ ਫਿਰ ਇਹਨਾਂ ਨੇ ਨਹੀਂ ਦਿੱਤੀ ਇਹਨਾਂ ਨੇ ਸਾਰਾ ਕੇਸ ਧਮਾਕੇ ਮੈਂ ਜਦੋਂ ਵੀ ਜਾਂਨੀ ਆ ਉਲਟਾ ਮੇਰੇ ਮਗਰ ਬੰਦੇ ਲਾ ਦਿੰਦੇ ਨੇ ਮੈਨੂੰ ਨਿਕਲਣਾ ਉਥੋਂ ਮੁਸ਼ਕਲ ਹੋ ਜਾਂਦਾ ਹੁਣ ਕੀ ਮੰਗ ਗਏ ਸਰਕਾਰ ਹੁਣ ਮੇਰੀ ਇਹੀ ਸਰਕਾਰ ਕੋਲੋਂ ਮੰਗ ਹੈ ਕਿ ਇਹ ਜੜੀਆਂ ਔਰਤਾਂ ਫੜਕੀਆਂ ਜਾਣ ਜਿਨ੍ਹਾਂ ਨੇ ਸਾਡੀ ਪੂਰੀ ਬਰਬਾਦੀ ਕੀਤੀ ਹੈ ਘਰ ਦੀ ਤੇ ਇਹਨਾਂ ਨੂੰ ਜੋ ਵੀ ਕਾਰਵਾਈ ਇਹਨਾਂ ਤੇ ਹੁੰਦੀ ਮੇਰੇ ਘਰ ਵਾਲੇ ਤੇ ਇਹਨਾਂ ਤੇ ਕੀਤੀ ਜਾਵੇ ਤਾਰਸ ਸਿੰਘ ਜੀ ਤਾਰਸ ਸਿੰਘ ਜੀ ਕੌਣ ਨੇ ਜਿਹੜੇ ਤੁਹਾਡੇ ਕੋ ਰਹਿੰਦੇ ਨੇ ਮਾਤਾ ਜਗੀਕ ਕੋਣ ਨੇ ਮਾਤਾ ਜਗੀਕ ਕੋਟ ਕੀ ਹੋਇਆ ਕੀ ਕਾਰਨ ਹੈ ਜਿਹੜੀ ਕਾਰਵਾਈ ਇਹਨਾਂ ਦੇ ਰੇਲਵੇ ਦੇ ਮੁਲਾਜ਼ਮ ਰਹੇ ਨੇ ਜੀ ਇਹੋ ਰਿਟਾਇਰਮੈਂਟ ਨੇ ਥੋੜੇ ਹੈਂਡ ਹੈਂਡਿਕੈਪ ਨੇ ਜੀ ਹਾਂਜੀ ਹਾਂਜੀ ਤੇ ਇਹਨਾਂ ਨੂੰ ਆਇਆ ਨੂੰ ਕਟਵੜ ਸਾਲ ਤੋਂ ਉੱਤੇ ਹੋ ਚੱਲੇ ਗਏ ਹਾਂਜੀ ਤੇ ਥੋੜੇ ਹਰਾਸਮੈਂਟ ਵੀ ਰਹਿੰਦੇ ਨੇ ਘਰਦਿਆਂ ਤੋਂ ਵੀ ਤੇ ਮੈਂ ਤਾਂ ਇਹਨਾਂ ਦਾ ਸਿਰਫ ਇੱਕ ਪੁੱਤਰ ਹੋਂ ਦੇ ਨਾਤੇ ਮਾੜਾ ਮੋਟੇ ਮਦਦ ਕਰ ਦਿੰਦਾ ਜੀ ਮੈਂ ਤੋਂ ਜਿੰਨਾ ਹੋ ਸਕਦਾ ਮੈਂ ਕਰ ਸਕਦਾ ਹਾਂ ਜੀ ਹਾਂਜੀ ਤੋ ਬਸ ਇੱਕ ਪਿਆਰ ਮੁਹੱਬਤ ਕਰਕੇ ਆਪ ਇਹਨਾਂ ਦੇ ਨਾਲ ਤੁਰੇ ਰਹੀ ਜੀ ਨਹੀਂ ਇਹਨਾਂ ਦਾ ਮੇਕਅਪ ਨਹੀਂ ਹੈ ਹਾਂ ਜੀ ਤੇ ਜੋ ਵੀ ਹੋ ਸਕਦਾ ਹੈ ਇਹਨਾਂ ਸਰਕਾਰ ਨੂੰ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਸਮਾਜ ਸੇਵੀ ਆ ਤੋ ਕਹਿੰਦੇ ਇਹਦੀ ਵਾਧਤ ਕਰਨੀ ਚਾਹੀਦੀ ਬਾਤਾਂ ਦੀ ਬੱਕ ਬੱਕੇ ਉਹ ਤਾਂ ਇਹਨਾਂ ਦੇ ਪਰਿਵਾਰ ਤੇ ਡਿਪੈਂਡ ਹੈ ਜਿੱਦਾਂ ਦੇ ਇਹਨਾਂ ਦੇ ਇਹ ਤਾਂ ਵਿਚਾਰੇ ਬਹੁਤ ਭੱਜੇ ਕਰਦੇ ਨੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਹੈਂਡੀਕੈਪ ਨੇ ਹਾਂ ਜੀ ਹੈਂਡੀਕੈਪ ਨੇ ਅੱਛਾ ਕੀ ਹੋਂ ਸਰਕਾਰ ਤੋਂ ਜਹੀ ਅਪੀਲ ਕਰਨਾ ਚਾਹ ਕੋ ਸਰਕਾਰ ਦੀ ਅਪੀਲ ਕਰਦੇ ਨੇ ਜਿੱਦਾਂ ਵੀ ਮਾਤਾ ਜੀ ਕਹਿੰਦੇ ਉਹਨਾਂ ਦੇ ਨਾਲ ਤੁਰਨ ਹਾਂ ਇਹਨਾਂ ਦੀ ਜੋ ਵੀ ਇਹਨਾਂ ਦੀ ਅਪੀਲ ਹੈ ਉਹਨੂੰ ਮੰਨਿਆ ਜਾਵੇ ਇਹਨਾਂ ਦੇ ਅੱਗੇ ਪਿੱਛੇ ਹਾਂ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੀ ਠੀਕ ਹਾਂ ਜੀ